ਹਾਂਜੀ, ਬਹੁਤ ਵਾਰ ਕੁਐਸਚਨ ਪੁੱਛਿਆ ਜਾਂਦਾ ਯੂ ਐਸ ਏ ਦਾ ਵੀਜ਼ਾ ਅਪਲਾਈ ਕਰਨ ਦਾ ਬੈਸਟ ਟਾਈਮ ਕਿਹੜਾ ਹੈ? ਇਹਦਾ ਇੱਕ ਐਗਜ਼ਾਮਪਲ ਅੱਜ ਦੇ ਦੇਣਾ। ਅੱਜ ਸਵੇਰੇ ਸਾਡੀ 10 ਇੰਟਰਵਿਊ ਸੀਗੀਆਂ ਮੈਲਬਰਨ, ਸਿਡਨੀ ਅਤੇ ਪਰਥ ਨੂੰ ਮਿਲਾ ਕੇ 10 ਦੇ 10 ਐਪਲੀਕੈਂਟਸ ਦੇ ਵੀਜ਼ਾਜ਼ ਆਏ ਹੈ। ਉਹ ਵਾਲੇ ਐਪਲੀਕੈਂਟ ਸੀਗੇ ਜਿਹੜੇ 4085 'ਤੇ ਸੀਗੇ, 408 ਸੀਗੇ, ਅਤੇ ਸਟੂਡੈਂਟ ਸੀ ਜਿਨ੍ਹਾਂ ਦੇ ਪੇਰੈਂਟਸ ਆਸਟ੍ਰੇਲੀਆ ਦੇ ਵਿੱਚ ਵਿਜ਼ਿਟਰ ਵੀਜ਼ਾ 'ਤੇ ਸੀਗੇ, ਉਹਨਾਂ ਨੇ ਆਸਟ੍ਰੇਲੀਆ ਦੇ ਵਿੱਚ ਆਪਣੀ ਯੂ ਐਸ ਦੀ ਅਪੋਇੰਟਮੈਂਟ ਬੁੱਕ ਕਰਾ ਕੇ ਆਪਣਾ ਯੂ ਐਸ ਏ ਦਾ ਵਿਜ਼ਿਟਰ ਲਿੱਤਾ। ਯੂ ਐਸ ਏ ਦਾ ਵਿਜ਼ਿਟਰ ਵੀਜ਼ਾ 10 ਸਾਲ ਦਾ ਯੂਜਲੀ ਗ੍ਰਾਂਟ ਹੁੰਦਾ ਵਿਦ ਮਲਟੀਪਲ ਐਂਟਰੀਸ, ਅਤੇ ਜੇ ਤੁਹਾਡੇ ਕੋਲ ਯੂ ਐਸ ਦਾ ਵੀਜ਼ਾ ਹੈਗਾ, ਕੈਨੇਡਾ ਜਾਂ ਨਿਊਜ਼ੀਲੈਂਡ ਦਾ ਵੀਜ਼ਾ ਲੈਣਾ ਬਹੁਤ ਸੌਖਾ ਹੈ। ਆਲ ਇਟ ਰਿਕੁਆਇਰਸ ਅ ਸਟੈਪ ਫਰੋਮ ਯੋਰ ਐਂਡ ਕਿ ਹਾਂਜੀ ਤੁਸੀਂ ਯੂ ਐਸ ਨੂੰ ਜਾਣਾ ਚਾਹੁੰਦੇ ਹੋ, ਉਹਦੇ ਲਈ ਵੀਜ਼ਾ ਅਪਲਾਈ ਕਰਨਾ ਚਾਹੁੰਦੇ ਹੋ, ਬਾਕੀ ਇੰਟਰਵਿਊ ਪ੍ਰਿਪਰੇਸ਼ਨ ਤੋਂ ਲੈ ਕੇ ਫਾਈਲ ਪ੍ਰਿਪਰੇਸ਼ਨ ਤੱਕ ਹੋਮ ਗਲੋਬਲ ਤੁਹਾਡੀ ਮਦਦ ਕਰੇਗਾ। ਠੀਕ ਹੈ, ਵੀ ਵਰਕ ਟੂਵਰਡਸ ਦ ਸਕਸੈਸ ਆਫ ਦ ਐਪਲੀਕੇਸ਼ਨ। ਇੰਨਾ ਕੁ ਐਕਸਪੀਰੀਅੰਸ ਸਾਨੂੰ ਹੈਗਾ ਕਿ ਸਾਨੂੰ ਪਤਾ ਕਿਹੜੀਆਂ ਚੀਜ਼ਾਂ ਪੁੱਛੀਆਂ ਜਾਂਦੀਆਂ, ਉਹਦੇ ਕਿਹੜੇ ਜਵਾਬ ਜਾਂ ਕਿਸ ਤਰੀਕੇ ਨਾਲ ਦਿੱਤੇ ਜਾਂਦੇ ਜਾਂ ਕਿਸ ਤਰੀਕੇ ਨਾਲ ਤੁਸੀਂ ਆਪਣੇ ਆਪ ਨੂੰ ਰਿਪ੍ਰਜੈਂਟ ਕਰਨਾ। ਇਟ ਪੇਜ ਟੂ ਬੀ ਅ ਕਲਾਇੰਟ ਆਫ ਹੋਮ ਗਲੋਬਲ। ਇਹ ਫਾਇਦਾ ਹੈ ਕਿ ਵੀ ਪ੍ਰਿਪੇਅਰ ਯੂ ਫੋਰ ਦੈਟ ਐਜ਼ ਵੈਲ। ਤੁਸੀਂ ਯੂ ਐਸ ਬਾਰੇ ਕੋਈ ਵੀ ਇਨਫੋਰਮੇਸ਼ਨ ਲੈਣਾ ਚਾਹੁੰਦੇ ਹੋ, ਸਾਨੂੰ ਕੰਟੈਕਟ ਕਰ ਸਕਦੇ ਹੋ। ਧੰਨਵਾਦ।